ਪਹਿਲਾਂ ਤਾਂ ਅਕਾਲੀ ਭਾਜਪਾ ਦਾ ਘਟ ਜੋੜ ਸੀ ਬਾਦਲ ਇਹਨਾਂ ਦੇ ਨਾਲ ਹੀ ਸੀ ਪਰ ਵਿਛੋੜਾ ਹੋਣ ਤੋਂ ਬਾਅਦ ਇੱਕ ਨਵਾਂ ਬਾਦਲ ਭਾਜਪਾ ਲੈ ਕੇ ਆਇਆ ਕਿੱਥੋਂ ਲੈ ਕੇ ਆਇਆ ਬਾਦਲ ਸਾਡਾ ਸ਼ਹਿਰ ਜਗਰਾਉਂ ਆ ਜੀ ਮੈਂ ਸਰਦਾਰ ਕੇਵਲ ਸਿੰਘ ਜੀ ਬਾਦਲ ਵਾਈਸ ਪ੍ਰਧਾਨ ਰਹੀ ਆ ਜੀ ਸ਼੍ਰਮnik ਕਮੇਟੀ ਦੇ ਤੇ ਮੈਂਬਰ ਨੇ ਐਸਜੀਪੀਸੀ ਦੇ ਤੇ ਸਰਦਾਰ ਗੁਰਦੇਵ ਸਿੰਘ ਬਾਦਲ ਦਾ ਮੈਂ ਪੁੱਤਰਾਂ ਜੀ 9 ਵਾਰ ਐਮਐਲਏ ਰਹੇ ਆ ਇੱਕ ਵਾਰੀ ਐਗਰੀਕਲਚਰ ਮਿਨਿਸਟਰ ਰਹੇ ਆ ਜੀ ਤੁਹਾਨੂੰ ਮਤਲਬ ਲੱਗਿਆ ਕਿ ਬੀਜੇਪੀ ਜੁਆਇਨ ਕਿਉਂ ਤੁਸੀਂ ਕੀਤੀ ਦੇਖੋ ਅਸੀਂ ਬੀਜੇਪੀ ਮੋਦੀ ਸਾਹਿਬ ਨੂੰ ਦੇਖ ਕੇ ਜੁਆਇਨ ਕੀਤੀ ਹੈ ਜੀ ਉਹਨਾਂ ਦੀਆਂ ਨੀਤੀਆਂ ਸਾਨੂੰ ਬਹੁਤ ਅੱਛੀਆਂ ਲੱਗੀਆਂ ਬੀਜੇਪੀ ਨੇ ਅੱਜ ਇੱਕ ਨਵਾਂ ਚਿਹਰਾ ਜਿਹੜਾ ਹੈ ਉਹ ਸ਼ਾਮਿਲ ਕੀਤਾ ਹੈ ਇਹਨਾਂ ਦਾ ਨਾਮ ਹੈ ਜਗਦੀਪ ਸਿੰਘ ਬਾਦਲ ਜਗਦੀਪ ਸਿੰਘ ਬਾਦਲ ਜਿਹੜੇ ਨੇ ਉਹ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਬਾਦਲ ਸਾਹਿਬ ਸਵਾਗਤ ਹੈ ਧੰਨਵਾਦ ਜੀ ਤੁਹਾਡਾ ਬਹੁਤ-ਬਹੁਤ ਜੀ ਸੋ ਬੀਜੇਪੀ ਵਿੱਚ ਪਹਿਲਾਂ ਤਾਂ ਅਕਾਲੀ ਬੀਜੇਪੀ ਦਾ ਗਠਜੋੜ ਸੀ ਬਾਦਲ ਇਹਨਾਂ ਦੇ ਨਾਲ ਹੀ ਸੀ ਪਰ ਵਿਛੋੜਾ ਹੋਣ ਤੋਂ ਬਾਅਦ ਇੱਕ ਨਵਾਂ ਬਾਦਲ ਬੀਜੇਪੀ ਲੈ ਕੇ ਆਇਆ ਕਿੱਥੋਂ ਲੈ ਕੇ ਆਈਏ ਬਾਦਲ ਸਾਡਾ ਸ਼ਹਿਰ ਜਗਰਾਉਂ ਆ ਜੀ ਮੈਂ ਸਰਦਾਰ ਕੇਵਲ ਸਿੰਘ ਜੀ ਬਾਦਲ ਵਾਈਸ ਪ੍ਰਧਾਨ ਰਹੀ ਹੈ ਜੀ ਸ਼੍ਰਮnik ਕਮੇਟੀ ਦੇ ਤੇ ਮੈਂਬਰ ਨੇ ਐਸਜੀਬੀਸੀ ਦੇ ਤੇ ਸਰਦਾਰ ਗੁਰਦੇਵ ਸਿੰਘ ਬਾਦਲ ਦਾ ਮੈਂ ਪੁੱਤਰਾਂ ਜੀ 9 ਵਾਰ ਐਮਐਲਏ ਰਹੇ ਆ ਇੱਕ ਵਾਰੀ ਐਗਰੀਕਲਚਰ ਮਿਨਿਸਟਰ ਰਹੇ ਆ ਜੀ ਜੀ ਕੀ ਤੁਹਾਨੂੰ ਮਤਲਬ ਲੱਗਿਆ ਕਿ ਬੀਜੇਪੀ ਜੁਆਇਨ ਕਿਉਂ ਤੁਸੀਂ ਕੀਤੀ ਦੇਖੋ ਅਸੀਂ ਬੀਜੇਪੀ ਮੋਦੀ ਸਾਹਿਬ ਨੂੰ ਦੇਖ ਕੇ ਜੁਆਇਨ ਕੀਤੀ ਹੈ ਜੀ ਉਹਨਾਂ ਦੀਆਂ ਨੀਤੀਆਂ ਸਾਨੂੰ ਬਹੁਤ ਅੱਛੀਆਂ ਲੱਗੀਆਂ ਅਤੇ ਸੋਹਣਾ ਦੇਸ਼ ਆਪਣਾ ਪੰਜਾਬ ਨੂੰ ਤਰੱਕੀ ਦੀ ਰਾਹ ਤੇ ਚੱਲਦਾ ਦੇਖਣਾ ਚਾਹੁੰਦੇ ਹਾਂ ਅਸੀਂ ਸਾਰੇ ਤੇ ਅਸੀਂ ਇਸ ਲਈ ਜੋ ਦੁਨੀਆ ਦਾ ਸਭ ਤੋਂ ਵੱਡਾ ਪਰਿਵਾਰ ਬੀਜੇਪੀ ਭਾਰਤੀ ਜਨਤਾ ਪਾਰਟੀ ਆ ਉਸ ਦੇ ਮੈਂਬਰ ਬਣੇ ਆ ਅਸੀਂ ਆਪਦੇ ਆਪ ਨੂੰ ਬਹੁਤ ਭਾਗਾਂ ਵਾਲਾ ਸਮਝਦੇ ਹਾਂ ਜੀ ਤੇ ਸਰਦਾਰ ਪਰਮਿੰਦਰ ਸਿੰਘ ਜੀ ਬਰਾੜ ਦੀ ਪ੍ਰੇਰਨਾ ਸਦਕਾ ਅਸੀਂ ਬੀਜੇਪੀ ਜੁਆਇਨ ਕੀਤੀ ਆ ਤੇ ਅਸੀਂ ਬਹੁਤ ਖੁਸ਼ ਆ ਜੀ ਪਰ ਜਿਸ ਤਰੀਕੇ ਦਾ ਮਾਹੌਲ ਪਿਛਲੇ ਦਿਨਾਂ ਵਿੱਚ ਬੀਜੇਪੀ ਦੇ ਰਿਹਾ ਖੇਤੀ ਕਾਨੂੰਨਾਂ ਤੋਂ ਬਾਅਦ ਚਾਹੇ ਕਾਨੂੰਨ ਵਾਪਸ ਵੀ ਹੋ ਗਏ ਇਸ ਵਿਚਾਲੇ ਤੁਸੀਂ ਕੰਫਰਟੇਬਲ ਸੀ ਬੀਜੇਪੀ ਜੁਆਇਨ ਕਰਨ ਚ ਮੈਂ ਉਸ ਟਾਈਮ ਹਾਲਾਤ ਬਹੁਤ ਮਾੜੇ ਸੀਗੇ ਜੀ ਤੇ ਜਦੋਂ ਮਤਲਬ ਮੋਦੀ ਸਾਹਿਬ ਨੇ ਬੈਲ ਵਾਪਸ ਲਈ ਬੜੀ ਮਨ ਨੂੰ ਖੁਸ਼ੀ ਹੋਈ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਮੌਕੇ ਤੇ ਉਹਨਾਂ ਨੇ ਬੈਲ ਵਾਪਸ ਲਈ ਸਿੱਖਾਂ ਨੂੰ ਬੜੀ ਇਸ ਗੱਲ ਦੀ ਖੁਸ਼ੀ ਹੋਈ ਹਨ ਨਹੀਂ ਤਾਂ ਉਹ ਦਿਵਾਲੀ ਦੇ ਮੌਕੇ ਤੇ ਵੀ ਲੈ ਸਕਦੇ ਸੀ ਜਾਂ ਉਸ ਤੋਂ ਪਹਿਲਾਂ ਵੀ ਲੈ ਸਕਦੇ ਸੀ ਪਰ ਜਦੋਂ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਦਿਹਾੜੇ ਤੇ ਹੀ ਉਹਨਾਂ ਨੇ ਬੈਲ ਵਾਪਸ ਲੈਣ ਨਾਲੇ ਸਿੱਖਾਂ ਤੋਂ ਉਹਨਾਂ ਨੇ ਸ਼ਮਾ ਵੀ ਮੰਗਿਆ ਵੀ ਵੀ ਚਲੋ ਅਸੀਂ ਸਮਝਾਉਣ ਦੇ ਵਿੱਚ ਵੀ ਨਾਕਾਮ ਰਹੇ ਹਾਂ ਬਿੱਲਾਂ ਬਾਰੇ ਤੇ ਸਾਨੂੰ ਬੜੀ ਖੁਸ਼ੀ ਹੋਈ ਇਸ ਕਰਕੇ ਸਾਨੂੰ ਅੱਛਾ ਲੱਗਿਆ ਤੇ ਇਸ ਕਰਕੇ ਹੁਣ ਇਹ ਦੱਸੋ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਪੰਜਾਬ ਦੇ ਕਿਹੜੇ ਮਸਲੇ ਹੱਲ ਹੋਣੇ ਚਾਹੀਦੇ ਪੰਜਾਬ ਦੀ ਬੇਰੋਜ਼ਗਾਰੀ ਭ੍ਰਸ਼ਟਾਚਾਰੀ ਅਤੇ ਜਿਹੜਾ ਮਾਫੀਆ ਰਾਜ ਚੱਲਦਾ ਪਿਆ ਜੀ ਤੇ ਇਹ ਗੱਲਾਂ ਬਾਤਾਂ ਦੂਰ ਹੋਣੀਆਂ ਚਾਹੀਦੀਆਂ ਜੀ ਪੰਜਾਬ ਤੋਂ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜਿਹੜਾ ਹੈ ਗੱਲਬਾਤ ਕਰਨ ਦੇ ਲਈ ਸੋ ਜਗਦੀਪ ਸਿੰਘ ਬਾਦਲ ਇਹ ਕੁਝ ਉਮੀਦਾਂ ਲੈ ਕੇ ਬੀਜੇਪੀ ਵਿੱਚ ਸ਼ਾਮਿਲ ਹੋਏ ਨੇ ਹਾਲਾਂਕਿ ਨਵਾਂ ਚਿਹਰਾ ਹੈ ਥੋੜਾ ਕੰਫਰਟੇਬਲ ਮਹਿਸੂਸ ਨਹੀਂ ਕਰ ਰਹੇ ਕੈਮਰੇ ਤੇ ਜ਼ਿਆਦਾ ਗੱਲਬਾਤ ਕਰਨ ਦੇ ਲਈ ਪਰ ਬੀਜੇਪੀ ਜਿਹੜੀ ਹੈ ਇਹਨਾਂ ਨੂੰ ਸ਼ਾਮਿਲ ਕਰ ਚੁੱਕੀ ਹੈ ਅੱਜ ਆਪਣੀ ਪਾਰਟੀ ਵਿੱਚ ਕੈਮਰਾਮੈਨ ਰਜਤ ਦੇ ਨਾਲ ਸ਼੍ਰਮਿਤ ਜਗਮਣੀ ਟੀਵੀ ਚੰਡੀਗੜ੍ਹ